ਇਹ ਜੀ ਬਾਊ ਰਾਮ ਪੁੱਤਰ ਜੱਗਾ ਜੱਗਾ ਸਿੰਘ ਆ ਜੀ, ਉਮਰ ਕਰੀਬ 40 ਸਾਲ ਆ। ਇਹਦੀ ਕਰੰਟ ਲੱਗਣ ਕਰਕੇ ਡੈਥ ਹੋਈ ਹੈ ਜੀ, ਅਤੇ ਅਗਾਂਹ ਜੋ ਵੀ ਕਾਰਵਾਈ ਬਣਦੀ ਆਪਾਂ ਕਰ ਰਹੇ ਹਾਂ ਜੀ, ਮੈਡੀਕਲ ਕਰਵਾ ਕੇ ਪੋਸਟਮਾਰਟਮ ਕਰਵਾ ਕੇ ਜੋ ਵੀ ਬਣਦੀ ਕਾਰਵਾਈ ਆਪਾਂ ਕਰਾਂਗੇ। ਘਰ ਵਾਲਿਆਂ ਦੀ ਮੰਗ ਤਾਂ ਇਹੋ ਹੀ ਹੈ ਜੀ, SDO ਆਪਣੇ SDO ਸਾਹਿਬ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ, ਬਾਕੀ ਜੋ ਵੀ ਮੈਡੀਕਲ ਰਿਪੋਰਟ ਆਏਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਨਹੀਂ ਜੋ ਵੀ ਪੋਸਟਮਾਰਟਮ ਦੇ ਬਾਅਦ 'ਚ ਜੋ ਵੀ ਕਾਰਵਾਈ ਹੋਏਗੀ ਜੀ, ਪਿਆਨਾ ਦੇ 174 ਦੀ ਕਾਰਵਾਈ ਕਰਾਂਗੇ ਫਿਲਹਾਲ ਜੀ, ਬਾਕੀ ਜੋ ਵੀ ਰਿਪੋਰਟ ਪੋਸਟਮਾਰਟਮ ਤੋਂ ਬਾਅਦ 'ਚ ਰਿਪੋਰਟ ਆਏਗੀ ਜੀ ਕਾਰਵਾਈ ਕੀਤੀ ਜਾਵੇ। ਅਸੀਂ ਪਰਿਵਾਰ ਵਾਸਤੇ ਇਨਸਾਫ ਚਾਹੁੰਦੇ ਹਾਂ, ਬਿਜਲੀ ਬੋਰਡ ਅਤੇ ਸੀਵਰ ਬੋਰਡ ਦੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ ਆ। ਛੋਟੇ ਛੋਟੇ ਬੱਚੇ ਆ, ਇੱਧਰ ਵੇਖੋ ਤੁਸੀਂ, ਛੋਟੇ ਛੋਟੇ ਬੱਚੇ ਵਾਲੇ ਸਕੂਲ ਜਾਂਦੇ, ਕਿਤਾਬਾਂ ਜਿਹੜੀਆਂ ਪਾਣੀ 'ਚ ਰੁਲਣੀਆਂ। ਇੱਧਰ ਵੀ ਪਾਸਾ ਕੈਮਰਾ ਘੁਮਾ ਕੇ ਦਿਖਾਇਆ ਜਾਵੇ ਇਹਨਾਂ ਦਾ, ਵੀ ਇਹਨਾਂ ਦਾ ਕੀ ਹਾਲ ਹੋਇਆ ਆ। ਅਸੀਂ ਸਿਰਫ ਇਨਸਾਫ ਚਾਹੁੰਦੇ ਹਾਂ ਜੀ, ਸਾਨੂੰ ਕਿਸੇ ਸਾਡੀ ਕੋਈ ਘਰੇਲੂ ਲੜਾਈ ਕਿਸੇ ਨਾਲ ਨਹੀਂ, ਇਨਸਾਫ ਆ। ਬਿਜਲੀ ਬੋਰਡ, SDO ਅਤੇ JEE, ਐਕਸ਼ੀਅਨ ਸੀਵਰ ਬੋਰਡ, SDO, JEE, ਇਹਨਾਂ ਸਾਰਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੌਤ ਦਾ ਕਾਰਨ ਹੈ ਜੀ, ਥੱਲੇ ਪਾਣੀ ਆ, ਉੱਤੇ ਬੱਤੀ ਆ, ਨੰਗੀਆਂ ਤਾਰਾਂ, ਉੱਤੇ ਜਾਲ ਬਣੇ ਆ। ਇੱਕ ਗਲੀ 'ਚ ਨਹੀਂ, ਇਹ ਚਾਰ ਗਲੀਆਂ, ਚੌਵਾਂ ਗਲੀਆਂ ਦੇ ਵਿੱਚ ਜਾਲ ਬਣਿਆ। ਉਹ ਉਹਨੇ ਉੱਪਰ ਦੇਖਿਆ ਨਹੀਂ ਆ, ਉਹ ਜਾ ਰਹੇ ਸੀ, ਥੱਲੇ ਪਾਣੀ ਸੀ, ਥੱਲੇ ਸੀਵਰ ਬੋਰਡ ਦਾ ਆ, ਉੱਪਰ ਬਿਜਲੀ ਬੋਰਡ ਦਾ, ਦੋਵੇਂ ਨਿਕੰਮੇ ਆ। ਨਿਕੰਮਿਆਂ ਨੇ ਸਾਡਾ ਬਹੁਤ ਨਾ ਹੋਣ ਵਾਲਾ ਘਾਟਾ ਜਿਹੜਾ ਆ, ਬਹੁਤ ਮਾੜੀ ਗੱਲ ਹੋਈ ਆ। ਸਾਡਾ ਜਿਹੜਾ 35 ਤੋਂ 38 ਸਾਲ ਦਾ ਜਿਹੜਾ ਸਾਡਾ ਜਵਾਨ ਸੀ, ਉਹਦੀ ਡੈਥ ਹੋਈ ਆ। ਛੋਟੇ ਛੋਟੇ ਉਹਦੇ ਬੱਚੇ ਆ, ਅਸੀਂ ਚਾਹੁੰਦੇ ਹਾਂ ਵੀ ਉਹਦੇ ਬੱਚਿਆਂ ਨੂੰ ਇਨਸਾਫ਼ ਦਵਾਇਆ ਜਾਵੇ। ਤਾਰਾਂ ਦਾ ਹਾਲਾਤ ਵੇਖ ਕੇ ਇਸ ਤਰ੍ਹਾਂ ਨਹੀਂ ਲੱਗਦਾ ਵੀ ਅਸੀਂ ਕਿਸੇ ਸ਼ਹਿਰ 'ਚ ਰਹਿ ਰਹੇ ਹਾਂ। ਸਾਡੇ ਬੱਚਿਆਂ ਕੋਲ ਖੇਡਣ ਵਾਸਤੇ ਕੋਈ ਪਾਰਕ ਨਹੀਂ, ਕੋਈ ਜਗ੍ਹਾ ਨਹੀਂ ਉਹਨਾਂ ਕੋਲ। ਜੇ ਉਹ ਬੱਚਿਆਂ ਨੇ ਇਸੇ ਗਲੀ 'ਚ ਖੇਡਣਾ ਵਾ ਤਾਂ ਇਹ ਤਾਰਾਂ ਵੇਖੋ 6-6 ਫੁੱਟ, 5-5 ਫੁੱਟ ਉੱਚੀਆਂ ਵਾ, ਉਹਨਾਂ ਦੇ ਹੱਥ ਲੱਗ ਸਕਦੇ ਆ। ਇਹ ਜਿਹੜਾ ਮੌਤ ਹੋਇਆ ਵਾ, ਮੌਤ ਦਾ ਕਾਰਨ ਇਹ ਬਿਜਲੀ ਬੋਰਡ ਦੇ JEE ਸਾਹਿਬ ਦੀ ਅਣਗਹਿਲੀ, SDO ਸਾਹਿਬ ਦੀ ਅਣਗਹਿਲੀ, ਜਿਨ੍ਹਾਂ ਨੇ ਆਪਣੇ ਇਲਾਕੇ ਦੀ ਪੈਰਵਾਈ ਨਹੀਂ ਕੀਤੀ ਕਦੀ। ਅਸੀਂ ਉਹਨਾਂ ਨੂੰ ਫੋਨ ਕਰ ਕਰਕੇ ਥੱਕ ਜਾਂਦੇ ਹਾਂ। ਸਵੇਰ ਦੇ ਵੀ SDO ਸਾਹਿਬ ਨੂੰ 6 ਫੋਨ 7 ਫੋਨ ਕੀਤੇ, ਉਹਨਾਂ ਸਾਡਾ ਇੱਕ ਫੋਨ ਨਹੀਂ ਚੁੱਕਿਆ। ਐਕਸ਼ੀਅਨ ਸਾਹਿਬ ਨੇ ਫੋਨ ਚੁੱਕ ਕੇ, ਐਕਸ਼ੀਅਨ ਸਾਹਿਬ ਨਾਲ ਗੱਲ ਹੋਈ ਆ, ਕਹਿੰਦੇ ਮੈਂ ਇਹਨਾਂ ਨੂੰ ਭੇਜਣ ਲੱਗਾ ਵਾਂ। ਅਸੀਂ ਕਹਿੰਦੇ ਹਾਂ ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏ, ਸਾਰੇ ਦੋਸ਼ੀ ਇਹ ਆ, ਇਹਨਾਂ ਨੂੰ ਸਸਪੈਂਡ ਕੀਤਾ ਜਾਏ ਅਤੇ 304 ਦਾ ਇਹਨਾਂ 'ਤੇ ਪਰਚਾ ਦਰਜ ਕੀਤਾ ਜਾਏ, ਤਾਂ ਕਿ ਆਉਣ ਵਾਲੇ ਅਫਸਰਾਂ ਨੂੰ ਪਤਾ ਲੱਗੇ ਵੀ ਇਹ ਲੋਕਾਂ ਦੇ ਕੰਮ ਕਿਸ ਤਰ੍ਹਾਂ ਕਰਨੇ। ਮੁਆਵਜ਼ੇ ਦੀ ਮੰਗ ਵੇਖੋ, ਇੱਕ ਗਰੀਬ ਆਦਮੀ ਆ ਜਿਹਦਾ ਕੋਈ ਰੋਜ਼ੀ ਰੋਟੀ ਦਾ ਸਾਧਨ ਹੀ ਨਹੀਂ ਆ, ਉਹ ਬਿਜਲੀ ਬੋਰਡ ਨੂੰ ਇਹ ਸਾਰਾ ਹਰਜਾਨਾ ਭਰਨਾ ਪਊਗਾ। ਸਾਡੀ MLA ਸਾਹਿਬ ਅੱਗੇ ਵੀ ਡਿਮਾਂਡ ਹੋਊਗੀ, ਉਹ ਚੰਡੀਗੜ੍ਹ ਵਾ, ਉਹਨਾਂ ਨਾਲ ਵੀ ਸਾਡੀ ਗੱਲ ਹੋਈ ਆ, ਉਹ ਜਦੋਂ ਉੱਥੇ ਆਉਣਗੇ ਉਹਨਾਂ ਨੂੰ ਮੌਕਾ ਵਿਖਾਇਆ ਜਾਊਗਾ ਸਾਰਾ।